आसंबर्ष पंजाब निर्वाचन पूर्वर बीजेपी, छी बड़ा बड़ा। बीजेपी, बीजेपी को मिली बड़ बड़ अकाली दलर वरिष्ठ नेता मंजिदर सिंह शिर्सा विजेपी में सामिल होती केन्द्रमंत्री धर्मेंद्र प्रधान केन्द्रमंत्री गजेन्द्र सिंह शेखवात उपस्थित विजेपी सदस्यता से ग्रहण कर अवसर करतेसर केन्द्रमंत्री गजेन्द्र सिंह उत्तर भारत राजनीति में जो सिख चेहरा सामना से सिरसा साहरी केन्द्र शिक्षामंत्री धर्मेन्द्र प्रधान शीर्सा बीजेपी में योगदान को नहीं कहते हैं आज बीजेपी सुन वो दिन मंजीत सिंह सिरसा बीजेपी रे शामिल लेबा द्वारा दल अधिक मजबूत हेबो आज हमारी पार्टी के लिए एक शुभ दिन है भारतीय जनता पार्टी में आदरणीय सिरसा जी का ज्वाइन करना पार्टी की संगठन को पार्टी की जनाधार को मजबूती देगा ऐसे ही सिरसा जी हमारे साथ थे ही ਲੰਬੇ ਸਮੇਂ ਸੇ ਹਮ ਲੋਗ ਕੰਮ ਕਰਤੇ ਆਏ ਹੈ ਨੂੰ ਇਸ ਦੇਸ਼ ਦੀ ਰਾਜਧਾਨੀ ਦੇ ਅੰਦਰ ਦੋ ਵਾਰਾਂ ਦਿੱਲੀ ਦੇ ਲੋਕਾਂ ਨੇ ਐਮਐਲਏ ਵੀ ਬਣਾ ਕੇ ਭੇਜਿਆ ਔਰ ਦਿੱਲੀ ਤੋਂ ਹੀ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਰੂਪ ਅੰਦਰ ਜਾਂ ਨੰਦਸੱਤਰ ਦੇ ਰੂਪ 15 ਔਰ ਫਿਰ ਪ੍ਰਧਾਨ ਦੇ ਰੂਪ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਦੌਰਾਨ ਚਾਹੇ ਮਾਨਵਤਾ ਦੀ ਸੇਵਾ ਦੀ ਗੱਲ ਹੋਵੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖੀ ਦਾ ਪਰਚਮ ਲਹਿਰਾਉਣਾ ਹੋਵੇ ਦੇਸ਼ ਨੂੰ ਇਹ ਦੱਸਣਾ ਹੋਵੇ ਦੁਨੀਆ ਨੂੰ ਦੱਸਣਾ ਹੋਵੇ ਸਿੱਖ ਕੌਣ ਆ ਸਿੱਖਾਂ ਦੀ ਕੀ ਪਰੰਪਰਾ ਹੈ ਔਰ ਕੀ ਮਾਨਵਤਾ ਦੀ ਸੇਵਾ ਕਰਨ ਦਾ ਜਜ਼ਬਾ ਸਿੱਖ ਰੱਖਦੇ ਨੇ ਪੂਰੇ ਦੇਸ਼ ਔਰ ਦੁਨੀਆ ਨੇ ਇਸ ਗੱਲ ਨੂੰ ਮੰਨਿਆ ਔਰ ਦੇਸ਼ ਔਰ ਦੁਨੀਆ ਦੇ ਅੰਦਰ ਇਹ ਮਾਨਵਤਾ ਦੀ ਸੇਵਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਜਿਸ ਦੀ ਬਾਅਦ ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਕੇ ਔਰ ਦਿੱਲੀ ਦੀ ਪੁਲਿਸ ਨੇ ਵੀ ਸਾਰੇ ਗੁਰੂ ਘਰਾਂ ਦੀ ਰਾਧਨਾ ਕਰਦੇ ਧੰਨਵਾਦ ਕਰਦੇ ਧੰਨਵਾਦ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਦੇ ਨਾਲ ਲਾਇੰਸ ਪਾਰਟਨਰ ਰੂਪ ਚ ਰਹੇ ਔਰ ਦੇਸ਼ ਦੇ ਅੰਦਰ ਜਦੋਂ ਜਦੋਂ ਵੀ ਕੋਈ ਸਿੱਖ ਮੁੱਦਾ ਕੋਈ ਪੰਜਾਬੀਅਤ ਦੀ ਗੱਲ ਦਾ ਮਸਲਾ ਖੜਾ ਹੁੰਦਾ ਸੀ ਤੇ ਸਾਡੀ ਭਾਈਚਾਰਕ ਸਾਂਝ ਜਿਹੜੀ ਸੀ ਜਿਸ ਪਾਰਟੀ ਨਾਲ ਸੀ ਉਹਦੇ ਮਾਧਿਅਮ ਤੋਂ ਹਮੇਸ਼ਾ ਹੀ ਇਸ ਲੜਾਈ ਨੂੰ ਲੜਦੇ ਆਏ ਪਰ ਅੱਜ ਜੋ ਸਾਡੇ ਦੇਸ਼ ਦੇ ਅੰਦਰ ਸਿੱਖ ਨੇ ਉਹ ਭਾਵੇਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੋਣ ਹਰੇਕ ਦੇ ਬਹੁਤ ਸਾਰੇ ਮੁੱਦੇ ਖੜੇ ਨੇ ਔਰ ਉਹਨਾਂ ਮੁੱਦਿਆਂ ਦੇ ਹੱਲ ਦੇ ਵਾਸਤੇ ਜਦੋਂ ਅਸੀਂ ਕਿਸੇ ਦੀ ਆਵਾਜ਼ ਬੁਲੰਦ ਕਰਦੇ ਕੋਈ ਆਵਾਜ਼ ਚੁੱਕਦੇ ਹਾਂ ਤੇ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਆ ਉਹ ਸਰਕਾਰ ਦੀ ਜਿਹੜੇ ਮਸਲੇ ਹੱਲ ਕਰ ਸਕਦੀ ਆ ਮੈਂ ਅੱਜ ਕਿਉਂਕਿ ਹਮੇਸ਼ਾ ਹੀ ਸਿੱਖ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਹੈ ਮੈਂ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਹਮੇਸ਼ਾ ਜੀ ਨੂੰ ਦੇਸ਼ ਪਰ ਦੇ ਸਿੱਖਾਂ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਮੈਨੂੰ ਇਸ ਗੱਲ ਦੀ ਬੜੀ ਪਰਸੰਤਾ ਹੋਈ ਬੜੀ ਖੁਸ਼ੀ ਹੋਈ ਕਿ ਨਾ ਕੇਵਲ ਉਹਨਾਂ ਨੇ ਬਲਕਿ ਉਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਾ ਕੇ ਇਸ ਗੱਲ ਨੂੰ ਕਿਹਾ ਕਿ ਮੈਂ ਇਹ ਸਾਰੇ ਮਸਲੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ